ਉਹਦੇ ਵਿੱਚ ਲਿਖਿਆ ਕਿ 29 ਮਾਰਚ 2025 ਨੂੰ ਸ਼ਨੀ ਮੀਨ ਰਾਸ਼ੀ 'ਚ ਜਾਊਗਾ। ਬਸ ਉਹ ਵਰਲਡ ਵਾਰ ਦੀ ਜਿਹੜੀ ਹੈ ਨਾ, ਮਤਲਬ ਘੰਟੀ ਆ, ਉਸ ਟਾਈਮ ਵਰਲਡ ਵਾਰ ਦਾ ਯੋਗ ਲੱਗ ਜੂਗਾ ਕਿ 29 ਮਾਰਚ 2025 ਨੂੰ ਇੱਥੇ ਕੁਛ ਨਹੀਂ ਹੋਣ ਵਾਲਾ। ਇੰਡੀਆ ਬਾਰੇ ਇਹ ਲਿਖਿਆ ਹੋਇਆ ਕਿ 5.5 ਸਾਲ ਇੰਡੀਆ ਨੌਨ ਅਲਾਈਨ ਰਹੂਗਾ। ਅਤੇ ਜਦੋਂ ਜੰਗ ਖਤਮ ਹੋਣ ਨੂੰ 6 ਮਹੀਨੇ 16 ਦਿਨ ਰਹਿ ਗਏ, ਉਸ ਟਾਈਮ ਇੰਡੀਆ ਨੇ ਪਾਰਟੀਸਪੇਟ ਕਰਨਾ, ਉਹ ਵੀ ਇਸ ਕਰਕੇ ਕਿਉਂਕਿ 13 ਮੁਸਲਮਾਨ ਦੇਸ਼ ਤੁਰਕੀ ਅਤੇ ਪਾਕਿਸਤਾਨ ਦੀ ਅਗਵਾਈ 'ਚ ਚੀਨ ਦੀ ਹੈਲਪ ਨਾਲ ਇੰਡੀਆ 'ਤੇ ਅਟੈਕ ਕਰਨਗੇ। ਪਹਿਲਾ ਅਟੈਕ ਦਿੱਲੀ 'ਤੇ ਹੋਣਾ ਅਤੇ ਭਾਰਤ ਨੂੰ ਆਪਣੀ ਜਿਹੜੀ ਰਾਜਧਾਨੀ ਆ ਉਹ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈ ਸਕਦੀ। ਉਹਦੇ ਵਿੱਚ ਲਿਖਿਆ ਕਿ 29 ਮਾਰਚ 2025 ਨੂੰ ਸ਼ਨੀ ਮੀਨ ਰਾਸ਼ੀ 'ਚ ਜਾਊਗਾ। ਬਸ ਉਹ ਵਰਲਡ ਵਾਰ ਦੀ ਜਿਹੜੀ ਹੈ ਨਾ, ਮਤਲਬ ਘੰਟੀ ਆ ਉਹ, ਉਸ ਟਾਈਮ ਵਰਲਡ ਵਾਰ ਦਾ ਯੋਗ ਲੱਗ ਜੂਗਾ। ਪਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ 29 ਮਾਰਚ 2025 ਨੂੰ ਇੱਥੇ ਕੁਛ ਨਹੀਂ ਹੋਣ ਵਾਲਾ। ਇੰਡੀਆ ਬਾਰੇ ਇਹ ਲਿਖਿਆ ਹੋਇਆ ਕਿ 5.5 ਸਾਲ ਇੰਡੀਆ ਨੌਨ ਅਲਾਈਨ ਰਹੂਗਾ, ਕਿਸੇ ਨਾਲ ਵੀ ਮਤਲਬ ਪਾਰਟਨਰ ਉੱਧਰ ਨਹੀਂ ਜਾਊਗਾ, ਇੱਕ ਪੱਖ ਨਾਲ ਨਹੀਂ ਖੜੂਗਾ। ਅਤੇ ਜਦੋਂ ਜੰਗ ਖਤਮ ਹੋਣ ਨੂੰ 6 ਮਹੀਨੇ 16 ਦਿਨ ਰਹਿ ਗਏ, ਉਸ ਟਾਈਮ ਇੰਡੀਆ ਨੇ ਪਾਰਟੀਸਪੇਟ ਕਰਨਾ, ਉਹ ਵੀ ਇਸ ਕਰਕੇ ਕਿਉਂਕਿ 13 ਮੁਸਲਮਾਨ ਦੇਸ਼ ਤੁਰਕੀ ਅਤੇ ਪਾਕਿਸਤਾਨ ਦੀ ਅਗਵਾਈ 'ਚ ਚੀਨ ਦੀ ਹੈਲਪ ਨਾਲ ਇੰਡੀਆ 'ਤੇ ਅਟੈਕ ਕਰਨਗੇ। ਪਹਿਲਾ ਅਟੈਕ ਦਿੱਲੀ 'ਤੇ ਹੋਣਾ, ਉਹਦੇ ਵਿੱਚ ਜੋ ਲਿਖਿਆ। ਅਤੇ ਭਾਰਤ ਨੂੰ ਆਪਣੀ ਜਿਹੜੀ ਰਾਜਧਾਨੀ ਆ ਉਹ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈ ਸਕਦੀ ਹੈ। ਹੋਰ ਬਹੁਤ ਭਵਿੱਖਬਾਣੀਆਂ ਨੇ ਉਹਦੇ ਵਿੱਚ ਆਉਣ ਵਾਲੇ ਸਮੇਂ ਬਾਰੇ, ਜਿਹੜੀਆਂ ਲੱਗਦਾ ਵੀ ਹਾਂ ਇਹ ਸੱਚ ਹੋਣਗੀਆਂ। ਸੋ ਇਸ ਤਰ੍ਹਾਂ ਮੰਨ ਲਓ 550 ਸਾਲ ਪਹਿਲਾਂ ਜਿੱਦਾਂ ਫੋਨ ਹੈ, ਕੰਪਿਊਟਰ ਹੈ, ਮੋਬਾਈਲ ਹੈ, ਸਕੂਲ ਹੈ, ਕਾਲਜ ਹੈ, ਰੇਲ ਹੈ, ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਗਿਆਨ ਨਹੀਂ ਸੀ, ਅਤੇ ਉਦੋਂ ਤਾਂ ਲੋਕ ਬੈਲ ਗੱਡੀਆਂ 'ਤੇ ਚੱਲਦੇ ਸੀ ਨਾ। ਅਤੇ ਉਸ ਟਾਈਮ ਇਹਦੇ ਬਾਰੇ ਲਿਖ ਜਾਣਾ ਕਿ ਇੱਦਾਂ ਦੀ ਚੀਜ਼ ਹੋਊਗੀ, ਆਹ ਉਹਦਾ ਨਾਂ ਹੋਊਗਾ, ਇਹ ਬਹੁਤ ਵੱਡੀ ਗੱਲ ਆ। ਅਤੇ ਉਵੇਂ ਹੋਇਆ, ਸਿਆਲਦਾ ਇੱਕ ਕਲਕੱਤੇ ਕੋਲ, ਅਤੇ ਤੇਂਦੜੀ ਹਾਟ ਨਾਂ ਦੀ ਜਗ੍ਹਾ ਹੈ, ਰੇਲ ਇੰਜਨ ਕਾਰਖਾਨਾ ਲੱਗੂਗਾ, ਅਤੇ ਉਹਦਾ ਇੱਕ ਇੰਜਨ ਉੱਥੇ ਬਾਹਰ ਖੜਾਇਆ ਜਾਊਗਾ ਜੰਜੀਰਾਂ ਨਾਲ ਬੰਨ੍ਹ ਕੇ। ਅਤੇ ਕਹਿੰਦੇ ਵੀ ਇੱਕ ਦਿਨ ਆਊਗਾ ਵੀ ਉਹ ਜੰਜੀਰਾਂ ਟੁੱਟ ਜਾਣਗੀਆਂ, ਤਾਂ ਇੰਜਨ ਉੱਤਰ ਕੇ ਪੁਰੀ ਵੱਲ ਨੂੰ ਤੁਰ ਪਊਗਾ। ਪਰ ਇੰਜਨ ਤਾਂ ਜ਼ਰੂਰ ਖੜਾ ਨਾ, ਤੁਰ ਕੇ ਉੱਥੇ ਪਹੁੰਚੇ ਚਾਹੇ ਨਾ ਪਹੁੰਚੇ, ਉੱਥੇ ਰੇਲ ਇੰਜਨ ਦਾ ਕਾਰਖਾਨਾ ਹੈ ਨਾ। ਸੋ 550 ਸਾਲ ਪਹਿਲਾਂ ਕਿਵੇਂ ਪਤਾ ਲੱਗਿਆ ਸੀ ਵੀ ਇੱਕ ਰੇਲ ਨਾਂ ਦੀ ਉਹ ਹੋਊਗੀ, ਠੀਕ ਹੈ। ਸੋ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਬਹੁਤ ਨੇ। ਉਹਦੇ ਵਿੱਚ ਲਿਖਿਆ ਕਿ 29 ਮਾਰਚ 2025 ਨੂੰ ਸ਼ਨੀ ਮੀਨ ਰਾਸ਼ੀ 'ਚ ਜਾਊਗਾ। ਬਸ ਉਹ ਵਰਲਡ ਵਾਰ ਦੀ ਜਿਹੜੀ ਹੈ ਨਾ, ਮਤਲਬ ਘੰਟੀ ਆ, ਉਸ ਟਾਈਮ ਵਰਲਡ ਵਾਰ ਦਾ ਯੋਗ ਲੱਗ ਜੂਗਾ ਕਿ 29 ਮਾਰਚ 2025 ਨੂੰ ਇੱਥੇ ਕੁਛ ਨਹੀਂ ਹੋਣ ਵਾਲਾ। ਇੰਡੀਆ ਬਾਰੇ ਇਹ ਲਿਖਿਆ ਹੋਇਆ ਕਿ 5.5 ਸਾਲ ਇੰਡੀਆ ਨੌਨ ਅਲਾਈਨ ਰਹੂਗਾ। ਅਤੇ ਜਦੋਂ ਜੰਗ ਖਤਮ ਹੋਣ ਨੂੰ 6 ਮਹੀਨੇ 16 ਦਿਨ ਰਹਿ ਗਏ, ਉਸ ਟਾਈਮ ਇੰਡੀਆ ਨੇ ਪਾਰਟੀਸਪੇਟ ਕਰਨਾ, ਉਹ ਵੀ ਇਸ ਕਰਕੇ ਕਿਉਂਕਿ 13 ਮੁਸਲਮਾਨ ਦੇਸ਼ ਤੁਰਕੀ ਅਤੇ ਪਾਕਿਸਤਾਨ ਦੀ ਅਗਵਾਈ 'ਚ ਚੀਨ ਦੀ ਹੈਲਪ ਨਾਲ ਇੰਡੀਆ 'ਤੇ ਅਟੈਕ ਕਰਨਗੇ। ਪਹਿਲਾ ਅਟੈਕ ਦਿੱਲੀ 'ਤੇ ਹੋਣਾ ਅਤੇ ਭਾਰਤ ਨੂੰ ਆਪਣੀ ਜਿਹੜੀ ਰਾਜਧਾਨੀ ਆ ਉਹ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈ ਸਕਦੀ। ਉਹਦੇ ਵਿੱਚ ਲਿਖਿਆ ਕਿ 29 ਮਾਰਚ 2025 ਨੂੰ ਸ਼ਨੀ ਮੀਨ ਰਾਸ਼ੀ 'ਚ ਜਾਊਗਾ। ਬਸ ਉਹ ਵਰਲਡ ਵਾਰ ਦੀ ਜਿਹੜੀ ਹੈ ਨਾ, ਮਤਲਬ ਘੰਟੀ ਆ ਉਹ, ਉਸ ਟਾਈਮ ਵਰਲਡ ਵਾਰ ਦਾ ਯੋਗ ਲੱਗ ਜੂਗਾ। ਪਰ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ 29 ਮਾਰਚ 2025 ਨੂੰ ਇੱਥੇ ਕੁਛ ਨਹੀਂ ਹੋਣ ਵਾਲਾ। ਇੰਡੀਆ ਬਾਰੇ ਇਹ ਲਿਖਿਆ ਹੋਇਆ ਕਿ 5.5 ਸਾਲ ਇੰਡੀਆ ਨੌਨ ਅਲਾਈਨ ਰਹੂਗਾ, ਕਿਸੇ ਨਾਲ ਵੀ ਮਤਲਬ ਪਾਰਟਨਰ ਉੱਧਰ ਨਹੀਂ ਜਾਊਗਾ, ਇੱਕ ਪੱਖ ਨਾਲ ਨਹੀਂ ਖੜੂਗਾ। ਅਤੇ ਜਦੋਂ ਜੰਗ ਖਤਮ ਹੋਣ ਨੂੰ 6 ਮਹੀਨੇ 16 ਦਿਨ ਰਹਿ ਗਏ, ਉਸ ਟਾਈਮ ਇੰਡੀਆ ਨੇ ਪਾਰਟੀਸਪੇਟ ਕਰਨਾ, ਉਹ ਵੀ ਇਸ ਕਰਕੇ ਕਿਉਂਕਿ 13 ਮੁਸਲਮਾਨ ਦੇਸ਼ ਤੁਰਕੀ ਅਤੇ ਪਾਕਿਸਤਾਨ ਦੀ ਅਗਵਾਈ 'ਚ ਚੀਨ ਦੀ ਹੈਲਪ ਨਾਲ ਇੰਡੀਆ 'ਤੇ ਅਟੈਕ ਕਰਨਗੇ। ਪਹਿਲਾ ਅਟੈਕ ਦਿੱਲੀ 'ਤੇ ਹੋਣਾ।
ਉਹਦੇ ਵਿੱਚ ਜੋ ਲਿਖਿਆ ਤੇ ਭਾਰਤ ਨੂੰ ਆਪਣੀ ਜਿਹੜੀ ਰਾਜਧਾਨੀ ਆ ਉਹ ਦਿੱਲੀ ਤੋਂ ਸ਼ਿਫਟ ਕਰਕੇ ਬੈਂਗਲੁਰੂ ਲੈ ਕੇ ਜਾਣੀ ਪੈ ਸਕਦੀ ਹੈ। ਹੋਰ ਬਹੁਤ ਭਵਿੱਖਬਾਣੀਆਂ ਨੇ ਉਹਦੇ ਵਿੱਚ ਆਉਣ ਵਾਲੇ ਸਮੇਂ ਬਾਰੇ ਜਿਹੜੀਆਂ ਲੱਗਦਾ ਵੀ ਹਾਂ ਇਹ ਸੱਚ ਹੋਣਗੀਆਂ। ਸੋ ਇਸ ਤਰ੍ਹਾਂ ਮੰਨ ਲਓ 550 ਸਾਲ ਪਹਿਲਾਂ ਜਿੱਦਾਂ ਫੋਨ ਹੈ, ਕੰਪਿਊਟਰ ਹੈ, ਮੋਬਾਈਲ ਹੈ, ਸਕੂਲ ਹੈ, ਕਾਲਜ ਹੈ, ਰੇਲ ਹੈ, ਇਹਨਾਂ ਚੀਜ਼ਾਂ ਬਾਰੇ ਆਪਾਂ ਨੂੰ ਗਿਆਨ ਨਹੀਂ ਸੀ ਅਤੇ ਉਦੋਂ ਤਾਂ ਲੋਕ ਬੈਲ ਗੱਡੀਆਂ 'ਤੇ ਹੀ ਚੱਲਦੇ ਸੀ ਨਾ, ਅਤੇ ਉਸ ਟਾਈਮ ਇਹਦੇ ਬਾਰੇ ਲਿਖ ਜਾਣਾ ਕਿ ਇੱਦਾਂ ਦੀ ਚੀਜ਼ ਹੋਊਗੀ, ਆਹ ਉਹਦਾ ਨਾਂ ਹੋਊਗਾ, ਇਹ ਬਹੁਤ ਵੱਡੀ ਗੱਲ ਹੈ। ਅਤੇ ਉਵੇਂ ਹੋਇਆ, ਸਿਆਲਦਾ ਇੱਕ ਕਲਕੱਤੇ ਕੋਲ ਅਤੇ ਤੇਂਦੜੀ ਹਾਟ ਨਾਂ ਦੀ ਜਗ੍ਹਾ ਹੈ, ਰੇਲ ਇੰਜਨ ਕਾਰਖਾਨਾ ਲੱਗੂਗਾ ਅਤੇ ਉਹਦਾ ਇੱਕ ਇੰਜਨ ਉੱਥੇ ਬਾਹਰ ਖੜਾਇਆ ਜਾਊਗਾ ਜੰਜੀਰਾਂ ਨਾਲ ਬੰਨ੍ਹ ਕੇ, ਅਤੇ ਕਹਿੰਦੇ ਵੀ ਇੱਕ ਦਿਨ ਆਊਗਾ ਵੀ ਉਹ ਜੰਜੀਰਾਂ ਟੁੱਟ ਜਾਣਗੀਆਂ ਤਾਂ ਇੰਜਨ ਉੱਤਰ ਕੇ ਪੁਰੀ ਵੱਲ ਨੂੰ ਤੁਰ ਪਊਗਾ। ਪਰ ਇੰਜਨ ਤਾਂ ਜ਼ਰੂਰ ਖੜਾ ਨਾ, ਤੁਰ ਕੇ ਉੱਥੇ ਪਹੁੰਚੇ ਚਾਹੇ ਨਾ ਪਹੁੰਚੇ, ਉੱਥੇ ਰੇਲ ਇੰਜਨ ਦਾ ਕਾਰਖਾਨਾ ਹੈ ਨਾ। ਸੋ 550 ਸਾਲ ਪਹਿਲਾਂ ਕਿਵੇਂ ਪਤਾ ਲੱਗਿਆ ਸੀ ਵੀ ਇੱਕ ਰੇਲ ਨਾਂ ਦੀ ਉਹ ਹੋਊਗੀ, ਠੀਕ ਹੈ। ਸੋ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਬਹੁਤ ਨੇ।